ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਦ 골ਡ ਫਰੇਮ ਜਿਹੜੀ ਆਪਣੀ ਸਟੋਰੀ ਹੈ ਇਸ ਦੀ ਸਮਰੀ ਆਪਾਂ ਪੰਜਾਬੀ ਦੇ ਵਿੱਚ ਕਰ ਚੁੱਕੇ ਹਾਂ ਤੁਸੀਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਇਸ ਦੇ ਲੌਂਗ ਕੁਐਸਚਨ ਜਿਹੜੇ ਉਹ ਆਪਾਂ ਕਰਾਂਗੇ ਆਪਣੀ ਇਸ ਵੀਡੀਓ ਦੇ ਵਿੱਚ ਸਭ ਤੋਂ ਫਸਟ ਹੈ ਜਿਹੜਾ ਆਪਣਾ ਕੁਐਸਚਨ ਹੈ ਵਟ ਇਮਪ੍ਰੈਸ਼ਨ ਡੂ ਯੂ ਗੈਦਰ ਅਬਾਊਟ ਦੱਤਾ ਦੱਤਾ ਦੇ ਬਾਰੇ ਮਤਲਬ ਤੁਸੀਂ ਕੀ ਸਮਝਦੇ ਹੋ ਦ ਫਰੇਮ ਮੇਕਰ ਜਿਹੜਾ ਕਿ ਇੱਕ ਫਰੇਮ ਮੇਕਰ ਹੈ ਜਾਂ ਫਿਰ ਕੈਰੈਕਟਰ ਸਕੈਚ ਆਫ ਦੱਤਾ ਕੁਝ ਵੀ ਆ ਜਾਵੇ ਆਪਾਂ ਇਹ ਅਨਸਰ ਜਿਹੜਾ ਉਹ ਦੱਤਾ ਵਾਜ਼ ਅ ਫਰੇਮ ਮੇਕਰ ਦੱਤਾ ਇੱਕ ਫਰੇਮ ਮੇਕਰ ਹੈ ਜੋ ਮਤਲਬ ਫੋਟੋਆਂ ਨੂੰ ਫਰੇਮ ਕਰਦਾ ਹੈ ਹੈਨਾ ਹੀ ਵਾਜ਼ ਅ ਸਾਈਲੈਂਟ ਹਾਰਡ ਵਰਕਿੰਗ ਮੈਨ ਉਹ ਮਤਲਬ ਚੁੱਪ ਰਹਿਂਦਾ ਜ਼ਿਆਦਾਤਰ ਤੇ ਹਾਰਡ ਵਰਕਿੰਗ ਮੈਨ ਹੈ ਸਖਤ ਕੰਮ ਕਰਦਾ ਹੈ ਹੀ ਵਾਜ਼ ਦ ਓਨਰ ਆਫ ਦ ਸ਼ਾਪ ਨੇਮਡ ਦ ਮਾਡਰਨ ਫਰੇਮਵਰਕ ਮਾਡਰਨ ਫਰੇਮਵਰਕ ਦੇ ਨਾਮ ਨਾਲ ਮਤਲਬ ਜਿਹੜੀ ਉਸ ਦੀ ਦੁਕਾਨ ਹੈ ਉਸ ਨੂੰ ਜਾਣਿਆ ਜਾਂਦਾ ਹੈ ਉਸ ਦਾ ਨਾਮ ਹੈ ਦੁਕਾਨ ਦਾ ਹੀ ਵਾਜ਼ ਆਲਵੇਜ਼ ਬਿਜ਼ੀ ਹੀ ਇਨ ਹਿਸ ਵਰਕ ਆਪਣੇ ਕੰਮ ਦੇ ਵਿੱਚ ਹਮੇਸ਼ਾ ਬਿਜ਼ੀ ਰਹਿੰਦਾ ਸੀ ਉਹ ਹੀ ਡਿਡ ਨਾਟ ਅਲਾਉ ਹਿਸ ਫਰੈਂਡਸ ਟੂ ਡਿਸਟਰਬ ਹਿਮ ਇਨ ਹਿਸ ਵਰਕ ਉਹ ਆਪਣੇ ਦੋਸਤਾਂ ਨੂੰ ਅਲਾਉ ਨਹੀਂ ਕਰਦਾ ਸੀ ਕਿ ਉਹ ਉਸ ਨੂੰ ਉਸ ਦੇ ਕੰਮ ਦੇ ਵਿੱਚ ਡਿਸਟਰਬ ਕਰਨ ਡਿਫਰੈਂਟ ਕਾਈਂਡਸ ਆਫ ਕਸਟਮਰਸ ਹੈਡ ਟਾਊਟ ਹਿਮ ਹਾਊ ਟੂ ਰਨ ਹਿਸ ਬਿਜ਼ਨਸ ਵਕਵਕ ਪ੍ਰਕਾਰ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕਸਟਮਰਸ ਨੇ ਉਸ ਨੂੰ ਮਤਲਬ ਇਹ ਸਟੱਡੀ ਕਰ ਚੁੱਕੇ ਨੇ ਉਸ ਨੂੰ ਹਨਾ ਤੇ ਵੀ ਕਿਸ ਤਰ੍ਹਾਂ ਉਹ ਆਪਣਾ ਕੰਮ ਹੈ ਜਿਹੜਾ ਉਹ ਕਰਦਾ ਹੈ ਦੱਤਾ ਯੂਜ਼ਡ ਟੂ ਗੈਟ ਸੈਵਰਲ ਆਰਡਰਸ ਫਰੋਮ ਕਸਟਮਰਸ ਫਾਰ ਫਰੇਮ ਮੇਕਿੰਗ ਜਿਹੜਾ ਦੱਤਾ ਹੈ ਉਹ ਬਹੁਤ ਸਾਰੇ ਕਸਟਮਰਸ ਤੋਂ ਆਰਡਰ ਲੈਂਦਾ ਹੈ ਮਤਲਬ ਕਿ ਆਪਣੇ ਫਰੇਮ ਨਾਲ ਜਿਹੜਾ ਉਹਨਾਂ ਨੂੰ ਮੇਕਿੰਗ ਫਰੇਮ ਮੇਕਿੰਗ ਕਰਨ ਦੇ ਲਈ ਫਰੇਮ ਕਰਨ ਦੇ ਲਈ ਸੋ ਹੀ ਅੰਡਰਸਟੂਡ ਦਾ ਸਾਈਕੋਲੋਜੀ ਆਫ ਹਿਸ ਕਸਟਮਰਸ ਇਸ ਤਰ੍ਹਾਂ ਉਹ ਆਪਣੇ ਜਿਹੜੇ ਕਸਟਮਰਸ ਨੇ ਉਹਨਾਂ ਦੀ ਸਾਈਕੋਲੋਜੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਜਾਣਦਾ ਹੈ ਹੀ ਨਿਊ ਹਾਊ ਟੂ ਸੈਟੀਸਫਾਈ ਹਿਸ ਕਸਟਮਰਸ ਉਸ ਨੂੰ ਇਹ ਗੱਲ ਪਤਾ ਹੈ ਕਿ ਆਪਣੇ ਕਸਟਮਰਸ ਨੇ ਜਿਹੜੇ ਉਹਨਾਂ ਨੂੰ ਕਿਸ ਤਰ੍ਹਾਂ ਸੈਟੀਸਫਾਈ ਕਰਨਾ ਹੈ ਹੀ ਵਾਸ ਓਨੈਸਟ ਟੂਵਰਡਸ ਹਿਸ ਵਰਕ ਆਪਣੇ ਕੰਮ ਦੇ ਪ੍ਰਤੀ ਪੂਰਾ ਇਮਾਨਦਾਰ ਹੈ ਉਹ ਹੀ ਡਿਡ ਨਾਟ ਡਿਸੀਵ ਐਨੀਵਨ ਕਿਸੇ ਨੂੰ ਵੀ ਉਹ ਧੋਖਾ ਨਹੀਂ ਦਿੰਦਾ ਵੈਨ ਹੀ ਲੋਸਟ ਦਾ ਫੋਟੋਗ੍ਰਾਫ ਆਫ ਦਾ ਕਸਟਮਰਸ ਗ੍ਰੈਂਡਫਾਦਰ ਜਦੋਂ ਉਸ ਤੋਂ ਉਹ ਇੱਕ ਉਸ ਦੇ ਕਸਟਮਰ ਦਾ ਜਿਹੜੀ ਫੋਟੋ ਹੁੰਦੀ ਹੈ ਉਸ ਦੇ ਗ੍ਰੈਂਡਫਾਦਰ ਦੀ ਕਸਟਮਰ ਦੇ ਦੀ ਉਹ ਖੋ ਜਾਂਦੀ ਹੈ ਹੀ ਵਾਸ ਮੱਚ ਵਰਿਡ ਉਹ ਬਹੁਤ ਜ਼ਿਆਦਾ ਡਰ ਜਾਂਦਾ ਸੋ ਹੀ ਟ੍ਰਾਈਡ ਟੂ ਸੈਟੀਸਫਾਈ ਹਿਮ ਬਾਈ ਗਿਵਿੰਗ ਹਿਮ ਅ ਸਕੁਅਰ ਫਰੇਮ ਤਾਂ ਉਸ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦਾ ਉਸ ਨੂੰ ਸਕੁਅਰ ਫਰੇਮ ਵਾਲੀ ਇੱਕ ਹੋਰ ਫੋਟੋ ਆ ਜਿਹੜੀ ਉਹ ਦੇ ਦਿੰਦਾ ਇਨਸਟੈਡ ਆਫ ਐਨ ਓਵਲ ਓਵਲ ਹੁੰਦਾ ਅੰਡਾਕਾਰ ਓਵਲ ਕੱਟ ਫਰੇਮ ਇੱਕ ਅੰਡਾਕਾਰ ਫਰੇਮ ਦੀ ਵਜ੍ਹਾ ਉਸ ਨੂੰ ਸਕੁਅਰ ਫਰੇਮ ਵਾਲੀ ਜਿਹੜੀ ਫੋਟੋ ਆ ਹੋਏ ਉਸ ਦੇ ਨਾਲ ਮਿਲਦੀ ਜੁਲਦੀ ਕੋਈ ਹੋਰ ਫੋਟੋ ਆ ਜਿਹੜੀ ਉਹ ਦੇ ਦਿੰਦਾ ਹੈ। ਸੈਕੰਡ ਕੁਐਸਚਨ ਜਿਹੜਾ ਆਪਣਾ ਹੈਗਾ ਵਟ ਹੈਡ ਦਿੱਤਾ ਲਰਨਡ ਬਾਏ ਹਿਸ ਲੌਂਗ ਐਕਸਪੀਰੀਐਂਸ ਆਪਣੇ ਲੌਂਗ ਐਕਸਪੀਰੀਐਂਸ ਤੋਂ ਦਿੱਤਾ ਨੇ ਕੀ ਸਿੱਖਿਆ? ਹਾਊ ਵਾਸ ਹਿਸ ਨਿਊ ਕਸਟਮਰ ਡਿਫਰੈਂਟ ਫਰੋਮ ਦਾ ਅਦਰ ਵਨ? ਉਹ ਦਾਤ ਉਸ ਦਾ ਨਵਾਂ ਜਿਹੜਾ ਕਸਟਮਰ ਸੀਗਾ ਉਹ ਦੂਸਰਿਆਂ ਨਾਲੋਂ ਕਿਸ ਤਰ੍ਹਾਂ ਵੱਖਰਾ ਸੀ। ਦਿੱਤਾ ਹੈਡ ਲਰਨਡ ਬਾਏ ਹਿਸ ਲੌਂਗ ਐਕਸਪੀਰੀਐਂਸ ਥੈਟ ਹਿਸ ਕਸਟਮਰ ਨੈਵਰ ਕੇਮ ਪੰਕਚੁਅਲੀ ਮਤਲਬ ਉਸਨੇ ਇਹ ਸਿੱਖਿਆ ਆਪਣੇ ਐਕਸਪੀਰੀਅੰਸ ਤੋਂ ਕਿ ਜਿਹੜੇ ਉਸਦੇ ਕਸਟਮਰ ਨੇ ਉਹ ਪੰਕਚੁਅਲ ਨਹੀਂ ਹੈਗੇ ਆਉਣ ਦੇ ਮਤਲਬ ਉਸ ਨੂੰ ਫੋਟੋ ਦੇ ਜਾਂਦੇ ਨੇ ਬਟ ਸਮੇਂ ਸਿਰ ਵਾਪਸ ਲੈਣ ਫੋਟੋ ਨਹੀਂ ਆਉਂਦੇ ਦੇ ਕੇਮ ਇਨ ਐਡਵਾਂਸ ਜਾਂ ਤਾਂ ਫਿਰ ਉਹ ਬਿਲਕੁਲ ਐਡਵਾਂਸ ਚ ਆ ਜਾਂਦੇ ਨੇ ਉਹਨਾਂ ਨੂੰ 4 ਦਿਨ ਕਹਿੰਦਾ ਮਤਲਬ ਦੂਜੇ ਦਿਨ ਹੀ ਆ ਜਾਂਦੇ ਨੇ ਐਂਡ ਵੈਂਟ ਅਵੇ ਡਿਸਪਾਇੰਟਡ ਅਤੇ ਡਿਸਪਾਇੰਟਡ ਹੋ ਕੇ ਜਾਂਦੇ ਨੇ ਕਿਉਂਕਿ ਫੋਟੋ ਤਿਆਰ ਨਹੀਂ ਹੁੰਦੀ ਔਰ ਕੇਮ ਮੰਥਸ ਲੇਟਰ ਜਾਂ ਫਿਰ ਮਹੀਨਾ ਲੇਟ ਹੋ ਜਾਂਦੇ ਨੇ ਇੱਕ ਮਹੀਨਾ ਦੋ ਮਹੀਨਾ ਲੇਟ ਹੋ ਜਾਂਦੇ ਨੇ ਐਂਡ ਸਮ ਨੇਵਰ ਟਰਨਡ ਅਪ ਐਡ ਆਤੇ ਕਈ ਤਾਂ ਬਿਲਕੁਲ ਕਦੇ ਆਉਂਦੇ ਹੀ ਨਹੀਂ ਫਰੇਮ ਕਰਨੀ ਫੋਟੋ ਦੇ ਜਿੰਦੇ ਨੇ ਉਸ ਨੂੰ ਲੈਣ ਹੀ ਨਹੀਂ ਆਉਂਦੇ ਦੇਅਰ ਪਿਕਚਰਜ਼ ਲੇ ਆਨ ਕਲੇਮਡ ਤਾਂ ਉਹਨਾਂ ਦੀ ਜਿਹੜੀਆਂ ਫੋਟੋਆਂ ਨੇ ਇਸੇ ਤਰ੍ਹਾਂ ਅਨਕਲੇਮਡ ਪਈਆਂ ਰਹਿੰਦੀਆਂ ਨੇ ਉਸ ਨੂੰ ਕੋਈ ਲੈਣ ਵਾਲਾ ਨਹੀਂ ਹੁੰਦਾ ਇਨ ਅ ਬਾਕਸ ਬਾਕਸ ਦੇ ਵਿੱਚ ਪਈਆਂ ਰਹਿੰਦੀਆਂ ਨੇ ਹੀ ਮੇਡ ਫਰੇਮਸ ਓਨਲੀ ਫਾਰ ਦੋਜ਼ ਉਹ ਸਿਰਫ ਉਹਨਾਂ ਦੇ ਲਈ ਹੀ ਫਰੇਮ ਕਰਦਾ ਫੋਟੋਆਂ ਨੂੰ ਹੂ ਕੇਮ ਟੂ ਵਿਜ਼ਿਟ ਹਿਮ ਐਟ ਲੀਸਟ ਟ्वाइस ਬਿਫੋਰ ਦਾ ਐਕਚੁਅਲ ਟਾਈਮ ਮਤਲਬ ਜਿਹੜਾ ਟਾਈਮ ਉਹ ਆਪਣੇ ਕਸਟਮਰ ਨੂੰ ਦਿੰਦਾ ਕਿ ਤੂੰ ਸੋਮਵਾਰ ਨੂੰ ਆ ਜੀ ਤੇ ਸੋਮਵਾਰ ਤੋਂ ਪਹਿਲਾਂ ਪਹਿਲਾਂ ਜਿਹੜੇ 2-3 ਗੇੜੇ ਉਸ ਤੋਂ ਅਡਵਾਂਸ ਪਹਿਲਾਂ ਮਾਰਦੇ ਨੇ ਸਿਰਫ ਉਹਨਾਂ ਦੀ ਹੀ ਫੋਟੋ ਬਣਾਉਂਦਾ ਕਿਉਂਕਿ ਉਸ ਨੂੰ ਫਿਰ ਯਕੀਨ ਹੋ ਜਾਂਦਾ ਕਿ ਹਾਂ ਇਹ ਬੰਦਾ ਫੋਟੋ ਆ ਜਿਹੜੀ ਆਪਣੀ ਜ਼ਰੂਰ ਲੈ ਕੇ ਜਾਵੇਗਾ ਤਾਂ ਕਿ ਉਹ ਖਰਾਬ ਨਾ ਹੋਵੇ ਦਿੱਤਾ ਅ ਨਿਊ ਕਸਟਮਰ ਵਾਸ ਡਿਫਰੈਂਟ ਫਰਮ ਅਦਰਸ ਦਿੱਤਾ ਲੈਣਾ ਨਵਾਂ ਕਸਟਮਰ ਹੈ ਉਹ ਦੂਸਰਿਆਂ ਨਾਲੋਂ ਥੋੜਾ ਡਿਫਰੈਂਟ ਹੈ ਫਰਸਟ ਹੀ ਕੇਮ अर्lier ਦੈਨ ਦਾ ਪ੍ਰੋਮਿਸਡ ਡੇ ਪਹਿਲਾਂ ਉਹ ਜਿਹੜਾ ਉਸ ਨੂੰ ਪ੍ਰੋਮਿਸ ਕੀਤਾ ਹੁੰਦਾ ਦਿਨ ਕਿ ਇਸ ਦਿਨ ਤੂੰ ਆਪਣੀ ਫੋਟੋ ਲੈ ਜੀ ਉਸ ਤੋਂ ਪਹਿਲਾਂ ਆ ਜਾਂਦਾ ਹੈ ਹੀ ਸੈਡ ਦੈਟ ਹੀ ਕੇਮ 2 ਡੇਸ ਅਰਲੀਅਰ ਮਤਲਬ ਉਸਨੇ ਕਿਹਾ ਕਿ ਉਹ 2 ਦਿਨ ਪਹਿਲਾਂ ਆਪਣੀ ਫੋਟੋ ਆ ਜਿਹੜਾ ਉਹ ਲੈਣ ਆ ਗਿਆ ਟੂ ਇਨਕੁਆਇਰ ਅਬਾਊਟ ਦਾ ਫਰੇਮ ਮਤਲਬ ਸਿਰਫ ਇਨਕੁਆਇਰੀ ਕਰਨ ਆਇਆ ਫਰੇਮ ਦੀ ਵੀ ਕਿ ਹਾਂ ਤੂੰ ਫਰੇਮ ਬਣਾਇਆ ਜਾਂ ਨਹੀਂ ਬਣਾਇਆ ਆਫਟਰ ਦੈਟ ਹੀ ਕੇਮ ਔਨ ਦਾ ਫਿਕਸਡ ਡੇ ਉਸ ਤੋਂ ਬਾਅਦ ਜਿਹੜਾ ਸਹੀ ਦਿਨ ਹੁੰਦਾ ਉਸ ਦਿਨ ਉਹ ਆਉਂਦਾ ਫੋਟੋ ਲੈਣ ਐਂਡ ਕਲੈਕਟਡ ਹਿਸ ਫੋਟੋਗ੍ਰਾਫ ਤੇ ਆਪਣੀ ਫੋਟੋਗ੍ਰਾਫ ਹੈ ਜਿਹੜੀ ਉਹ ਉੱਥੋਂ ਲੈ ਜਾਂਦਾ ਐਂਡ ਨੈਕਸਟ ਕੁਐਸਚਨ ਜਿਹੜਾ ਆਪਣਾ ਹੈਗਾ ਥਰਡ ਕੁਐਸਚਨ ਆਪਣੀ ਇਸ ਸਟੋਰੀ ਦਾ ਦੱਤਾ ਫਾਊਂਡ ਅ ਸੋਲੂਸ਼ਨ ਟੂ ਹਿਸ ਪ੍ਰੋਬਲਮ ਦੱਤਾ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਹੈ ਜਿਹੜਾ ਉਹ ਲੱਭਦਾ ਹੈ ਮਤਲਬ ਦੋਸਤੋ ਜਦੋਂ ਫੋਟੋ ਖਰਾਬ ਹੋ ਜਾਂਦੀ ਹੈ ਡਿਡ ਇਟ ਰੀਅਲੀ ਵਰਕ ਫਾਰ ਹਿਮ ਕਿ ਇਹ ਜਿਹੜਾ ਸੋਲੂਸ਼ਨ ਹੈ ਉਸ ਦੇ ਲਈ ਬਿਲਕੁਲ ਕੰਮ ਕਰਦਾ ਹੈ ਜਸਟੀਫਾਈ ਯਰ ਆਨਸਰ ਆਪਣੇ ਆਨਸਰ ਨੂੰ ਜਸਟੀਫਾਈ ਕਰੋ ਦੱਤਾ ਵਾਸ ਅ ਹਾਰਡ ਵਰਕਿੰਗ ਫਰੇਮ ਮੇਕਰ ਇੱਕ ਸਖਤ ਕੰਮ ਕਰਨ ਵਾਲਾ ਫਰੇਮ ਮੇਕਰ ਹੈ ਵਾਂਸ ਅ ਕਸਟਮਰ ਹੈਡ ਗਿਵਨ ਹਿਮ ਅ ਫੋਟੋਗ੍ਰਾਫ ਆਫ ਹਿਸ ਗ੍ਰੈਂਡ ਗ੍ਰੈਂਡਫਾਦਰ ਇੱਕ ਵਾਰ ਉਸ ਦਾ ਕਸਟਮਰ ਆਉਂਦਾ ਉਸ ਨੂੰ ਆਪਣੇ ਗ੍ਰੈਂਡਫਾਦਰ ਦੀ ਫੋਟੋ ਦਿੰਦਾ ਫਰੇਮ ਕਰਨ ਦੇ ਲਈ ਫॉर ਫਰੇਮਿੰਗ ਬਟ ਵੈਨ ਦਿੱਤਾ ਸਟਾਰਟਡ ਦਾ ਵਰਕ ਪਰ ਜਦੋਂ ਦਿੱਤਾ ਕੰਮ ਸਟਾਰਟ ਕਰਦਾ ਦੀ ਫੋਟੋਗ੍ਰਾਫ ਵਾਸ ਸਪੋਇਲਡ ਬਾਈ ਪੇਂਟ ਤਾਂ ਪੇਂਟ ਲੱਗਣ ਦੇ ਕਾਰਨ ਫੋਟੋਗ੍ਰਾਫ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਦਿੱਤਾ ਟਰਾਇਡ ਟੂ ਕਲੀਨ ਦਾ ਪੇਂਟ ਦਿੱਤਾ ਉਸ ਪੇਂਟ ਨੂੰ ਕਲੀਨ ਸਾਫ ਕਰਨ ਦੀ ਕੋਸ਼ਿਸ਼ ਕਰਦਾ ਬਟ ਇਟ ਟੋਟਲੀ ਡਿਸਟਰੋਇਡ ਪਰ ਇਹ ਪੂਰੀ ਤਰ੍ਹਾਂ ਜਿਹੜੀ ਫੋਟੋ ਹੈ ਉਹ ਖਰਾਬ ਹੋ ਜਾਂਦੀ ਹੈ ਹੀ ਪਲਾਨਡ ਟੂ ਰਿਪਲੇਸ ਦਾ ਟੂ ਪਲੇ ਟੂ ਰਿਪਲੇਸ ਦਾ ਡੈਮੇਜਡ ਪਿਕਚਰ ਵਿਦ ਦਾ ਸਿਮਿਲਰ ਵਨ ਫਿਰ ਉਹ ਕੀ ਟਰਾਈ ਕਰਦਾ ਉਹ ਪਲਾਨ ਬਣਾਉਂਦਾ ਕਿ ਇਸ ਨੂੰ ਫੋਟੋ ਨੂੰ ਮੈਂ ਰਿਪਲੇਸ ਕਰ ਦਿੰਨਾ ਸਿਮਿਲਰ ਵਨ ਉਸੇ ਨਾਲ ਦੀ ਕਹਿੰਦਾ ਮੇਰੇ ਲਵ ਇੱਕ ਫੋਟੋ ਹੋਰ ਪਈ ਹੈ ਵੀ ਜਿਹੋ ਜੀ ਫੋਟੋ ਉਸ ਦੇ ਗ੍ਰੈਂਡਫਾਦਰ ਦੀ ਹੈ ਮੇਰੇ ਕੋਲ ਉਹੋ ਜੀ ਇੱਕ ਹੋਰ ਫੋਟੋ ਹੈ ਕਿਸੇ ਬਜ਼ੁਰਗ ਦੀ ਮੈਂ ਉਸ ਦੇ ਨਾਲ ਚੇਂਜ ਕਰ ਦਿੰਨਾ ਸੋ ਹੀ ਰਿਪਲੇਸਡ ਦਾ ਫੋਟੋਗ੍ਰਾਫ ਉਹ ਚੇਂਜ ਕਰ ਦਿੰਦਾ ਹੈ ਐਂਡ ਫਰੇਮਡ ਇਟ ਵਿਦ ਦਾ ਗੋਲਡ ਫਰੇਮ ਅਤੇ ਉਸ ਨੂੰ ਗੋਲਡ ਫਰੇਮ ਦੇ ਨਾਲ ਮਤਲਬ ਕਿ ਫਰੇਮ ਕਰ ਦਿੰਦਾ ਹੈ ਗੋਲਡ ਫਰੇਮ ਦੇ ਵਿੱਚ ਉਸ ਫੋਟੋ ਨੂੰ luckily the customer couldn't notice his trick ਤਾ ਕਿਸਮਤ ਦੇ ਨਾਲ ਜਿਹੜਾ ਕਸਟਮਰ ਹੁੰਦਾ ਹੈ ਉਸ ਦੇ ਟ੍ਰਿਕ ਨੂੰ ਨਹੀਂ ਨੋਟਿਸ ਕਰ ਪਾਉਂਦਾ ਉਹ ਫੋਟੋ ਐਦਾਂ ਹੀ ਲੈ ਜਾਂਦਾ ਉਹ ਦੇਖਦਾ ਨਹੀਂ ਹੈਗਾ ਕਿ ਮੇਰੇ ਗ੍ਰੈਂਡਫਾਦਰ ਦੀ ਹੈ ਜਾਂ ਕਿਸੇ ਹੋਰ ਦੀ ਹੈ ਹੀ ਮੇਡ ਓਨਲੀ ਕੰਪਲੇਂਟ ਉਹ ਸਿਰਫ ਇੱਕੋ ਹੀ ਕੰਪਲੇਂਟ ਕਰਦੇ ਆ ਉਸ ਨੂੰ ਅਬਾਊਟ ਦਾ ਸ਼ੇਪ ਆਫ ਦਾ ਫਰੇਮ ਵੀ ਫਰੇਮ ਦੀ ਸ਼ੇਪ ਹੈ ਜਿਹੜੀ ਉਹ ਉਸਨੇ ਜਿਹੋ ਜੀ ਕਹੀ ਸੀ ਉਹੀ ਜੀ ਨਹੀਂ ਹੈਗੀ ਦੱਤਾਜ਼ ਪਲਾਨ ਵਰਕਡ ਸਕਸੈਸਫੁਲੀ ਤਾਂ ਦੱਤਾ ਜਿਹੜਾ ਪਲਾਨ ਹੈ ਇਸ ਤਰ੍ਹਾਂ ਉਹ ਬਿਲਕੁਲ ਸਕਸੈਸਫੁਲੀ ਕੰਮ ਹੈ ਜਿਹੜਾ ਉਹ ਕਰ ਜਾਂਦਾ ਸੋ ਇਸ ਤਰ੍ਹਾਂ ਇਸ ਆਪਣੀ ਸਟੋਰੀ ਦੇ ਗੋਲਡ ਫਰੇਮ ਹੈ ਜਿਹੜੀ ਇਸ ਦੇ ਆਪਾਂ ਤਿੰਨ ਹੀ ਲੌਂਗ ਕੁਐਸਚਨ ਕਰਾਂਗੇ ਬਿਲਕੁਲ ਆਸਾਨ ਜਿਹੜੀ ਵਰਡਿੰਗ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਸੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ